ਮੈਂ ਅੱਜ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਏ ਉਹਦੇ ਸਬੰਧ ਵਿੱਚ ਕਿ ਸੁਰਿੰਦਰ ਕੰਬੋਜ ਨੇ ਕਾਲੀਦਾਨ ਮਾਨ ਪਾਰਟੀ ਜੁਆਇਨ ਕਰ ਲਈ ਮੈਂ ਨਾ ਹੀ ਮਾਨ ਸਾਹਿਬ ਨੂੰ ਮਿਲਿਆ ਠੀਕ ਹੈ ਮੈਨੂੰ ਕਿ ਕੁਝ ਬੰਦਿਆਂ ਕੋਲ ਆਫਰ ਆਈ ਸੀ ਐਸ ਮੌਲ ਨੂੰ ਵੇਖ ਜਿਓ ਕਈਆਂ ਪਾਰਟੀਆਂ ਵੱਲੋਂ ਮੈਨੂੰ ਆਫਰ ਆਈ ਹੈ ਕਿ ਤੁਸੀਂ ਅਗਾਂ ਕੀ ਕਰਨਾ ਚਾਹੁੰਦੇ ਹੋ ਮੇਰਾ ਇਹ ਜਵਾਬ ਹੈ ਅਜੇ ਤੱਕ ਮੈਂ ਕੋਈ ਜੁਆਇਨਿੰਗ ਨਹੀਂ ਕੀਤੀ ਮੈਂ ਆਪਦੇ ਵਰਕਰਾਂ ਨਾਲ ਜੋ ਮੇਰੀ ਰੀਡ ਦੀ ਢੀ ਨੇ ਜੋ 40 ਸਾਲ ਤੋਂ ਮੈਂ ਲਾਕੇ ਦੇ ਵਿੱਚ ਦਿਨ ਰਾਤ ਇੱਕ ਜਾਣ ਕਰਕੇ ਮੇਰੇ ਨਾਲ ਲੋਕ ਸੁਖ ਦੇ ਕੜੀ ਵਿੱਚ ਖੜੇ ਹਨ ਮੈਂ ਉਹਨਾਂ ਦਾ ਪੂਰਾ ਵਿਚਾਰ ਵਟਾਂਦਰਾ ਕਰਕੇ ਸਾਰੇ ਪਿੰਡਾਂ 'ਚ ਜਾ ਰਿਹਾ ਜਦੋਂ ਮੈਨੂੰ ਜੋ ਮੇਰੇ ਵਰਕਰ ਕਹਿਣਗੇ ਮੈਂ ਉਹਨਾਂ ਦੀ ਆਵਾਜ਼ بلند ਕਰਕੇ ਫਿਰ ਪੂਰੇ ਜੋਰ ਸ਼ੋਰ ਨਾਲ ਜੋ ਕੁਛ ਵੀ ਮੈਂ ਅੱਗੇ ਕਰਾਂਗਾ ਉਹ ਸਾਰਿਆਂ ਦੇ ਸਾਹਮਣੇ ਆ ਜਾਏਗਾ ਸਾਰੀ ਪ੍ਰੈਸ ਨੂੰ ਬੁਲਾ ਕੇ ਥੋੜੇ ਦਿਨਾਂ ਦੇ ਵਿੱਚ ਮੈਂ ਸਾਰੇ ਜਦੋਂ ਵਰਕਰ ਮੀਟਿੰਗ ਮੇਰੀ ਬਹੁਤ ਤਗੜੀ ਕਰਾਂਗਾ ਇੱਥੇ ਕਰਕੇ ਸਾਰਿਆਂ ਨੂੰ ਮੈਂ ਦੱਸਾਂਗਾ ਵੀ ਮੈਂ ਕਿਹੜੀ ਪਾਰਟੀ ਜੁਆਇਨ ਕਰਨੀ ਜਾਂ ਜੋ ਮੈਂ ਜੋ ਕਰਨਾ ਅਜੇ ਮੈਂ ਸੋਚ ਰਿਹਾ ਜੋ ਵਰਕਰ ਮੇਰੇ ਮੈਨੂੰ ਕਹਿਣਗੇ ਉਹਨਾਂ ਨਾਲ ਸਲਾਹ ਕਰਾਂਗਾ مشورہ ਕਰਾਂਗਾ ਮੇਰੇ ਵਰਕਰਾਂ ਨੇ ਜੋ ਕੁਝ ਮੈਨੂੰ ਕਿਹਾ ਮੈਂ ਉਸ ਤਰ੍ਹਾਂ ਬਿਲਕੁਲ ਡਟ ਕੇ ਚੱਲਾਂਗਾ ਬਿਲਕੁਲ ਨਜਾਇਜ਼ ਸੀ ਉਹ ਖਾਰਜ ਹੋ ਗਿਆ ਜਿਹੜਾ ਮਦਈ ਸੀ ਮੇਰੇ ਕੋਲ ਆ ਕਾਪੀਆਂ ਨੇ ਕੱਲ ਸੀੜ੍ਹ ਵਾਲਿਆਂ ਨੂੰ ਮੈਂ ਦਿੱਤੀਆਂ ਨੇ ਤੁਹਾਨੂੰ ਵੀ ਮੈਂ ਕਾਪੀਆਂ ਦੇ ਦਿੰਨਾ ਐਫੀਆਰ ਦੀਆਂ ਕਾਪੀਆਂ ਜੋ ਪਿਓ ਪੁੱਤ ਦੋਆਂ ਦੇ ਬਿਆਨ ਸੀ ਨਾ ਹੀ ਸ੍ਰਿੰਦਰ ਕਮੋਈ ਨੂੰ ਸੀ ਜਾਣਦੇ ਆ ਨਾ ਹੀ ਅਸੀਂ ਕੋਈ ਪੈਸਾ ਦਿੱਤਾ ਇਹ ਸਾਰੀ ਸਾਜ਼ਵਾਜ ਕਰਕੇ ਇਹਦਾ ਸਿਆਸੀ ਜਿਹੜਾ ਜਿਹੜਾ ਇਹਦਾ ਜਿਹੜਾ ਵजूद ਇਹ ਖਤਮ ਕੀਤਾ ਜਾਵੇ ਕਿਉਂਕਿ ਮੇਰੇ ਕੋਲ ਮੇਰੇ ਵਰਕਰ ਇੱਥੇ ਮੇਲਾ ਲੱਗਿਆ ਰਹਿੰਦਾ ਸੀ 24 ਘੰਟੇ ਉਹ ਕਿਸੇ ਨੂੰ ਬਰਦਾਸ਼ਤ ਨਹੀਂ ਹੋਇਆ ਇਸ ਕਰਕੇ ਉਹ ਮੇਰੇ ਤੇ ਕੋਸ਼ਾਸ਼ ਰਚੀ ਗਈ ਬਿਲਕੁਲ ਝੂਠੀ ਸੀ ਉਹਦੇ 'ਚ ਮੈਂ ਬੇਦਾਗ ਬਿਲਕੁਲ ਦੁੱਧ ਦਾ ਦੁੱਧ ਹੋ ਗਿਆ ਪਾਣੀ ਦਾ ਪਾਣੀ ਹੋ ਗਿਆ ਬਹੁਤ ਜ਼ਿਆਦਾ ਹੋ ਰਿਹਾ ਜੀ ਫੁੱਲ ਨਾ ਨਸ਼ਾ ਅੱਗੇ ਨਾਲੋਂ ਵੀ ਜ਼ਿਆਦਾ ਨਸ਼ਾ ਹੋ ਰਿਹਾ ਲੜਾਈਆਂ ਹੋ ਰਹੀਆਂ ਝਗੜੇ ਹੋ ਰਹੀਆਂ ਚੋਰੀਆਂ ਹੋ ਰਹੀਆਂ ਨੇ ਉਹ ਉਹ ਚੱਲ ਰਿਹਾ ਕੰਮ ਉਹਦੇ 'ਚ ਵੇਖੋ ਜੀ ਆਪਣਾ ਤਾਂ ਕੋਈ ਰੇਤੇ ਚ ਐ ਨਹੀਂ ਨਾ ਪਹਿਲਾ ਸੀ ਨਾ ਹੁਣ ਜਿਹੜੇ ਜਿੰਨਾ ਚਿਰ ਮਗਰਮਚਾਂ ਨਹੀਂ ਫੜਦੇ ਵੱਡੇ ਵੱਡਿਆਂ ਨੂੰ ਉਹਨਾਂ ਤੇਰੇ ਚੋਰ ਬਜਾਰੀਆਂ ਖਤਮ ਨਹੀਂ ਹੋ ਸਕਦੀਆਂ ਛੋਟਿਆਂ ਛੋਟਿਆਂ ਨੂੰ ਫੜਨ ਦਾ ਕੋਈ ਫਾਇਦਾ ਨਹੀਂ ਹੁਣ ਜਿਵੇਂ ਆਪਾਂ ਕਹਿੰਨੇ ਨਸ਼ੇ ਦੀ ਗੱਲ ਤੁਸੀਂ ਕੀਤੀ ਆ ਕਿਸੇ ਕੋਲ ਇੱਕ ਪੂੜੀ ਫੜ ਲਈ ਦੋ ਫੜ ਲਈਆਂ ਜਿਹੜੇ ਕਿਲੋਂਾਂ ਵਾਲੇ ਉਹਨਾਂ ਨੂੰ ਫੜਨ ਤਾਂ ਫਿਰ ਕੰਮ ਖਤਮ ਹੋਣਾ ਵੱਡੇ ਵੱਡੇ ਮਗਰਮਚਾਂ ਮੈਂ ਜ਼ਿੰਦਗੀ ਦੇ ਵਿੱਚ ਅੱਜ ਤੱਕ ਜਿੱਥੋਂ ਮਰਜ਼ੀ ਕੋਈ ਬੰਦਾ ਪੋਚ ਸਕਦਾ ਕਿਸੇ ਨਸ਼ੇ ਵਾਲੇ ਦੀ ਨਾ ਖਾਨੇਸ਼ ਪਰਚੀ ਕੀਤੀ ਆ ਜੋ ਕਿਉਂਕਿ ਜਿਹੜੀ ਆਉਣ ਵਾਲੀ ਜਵਾਨੀ ਖਤਮ ਹੋ ਰਹੀ ਹੈ ਸਾਡੇ ਬੱਚਿਆਂ ਦੀ ਮੌਤਾਂ ਹੋ ਰਹੀਆਂ ਨੇ ਬੱਚੇ ਮਰ ਰਹੇ ਨੇ ਕਦੇ ਵੀ ਜ਼ਿੰਦਗੀ ਚ ਕਿਸੇ ਬੰਦੇ 'ਚ ਪਰਚੀ ਨਹੀਂ ਕਰੂੰਗਾ ਔਰ ਜਿੰਨੀ ਕੁਛ ਵੀ ਵਾਤ ਵਾਤ ਹੁਣ ਵੀ ਪਿੰਡਾਂ 'ਚ ਅਸੀਂ ਜਾਂਦੇ ਆ ਸਾਰਿਆਂ ਨੂੰ ਮਿੰਤਾ ਕਰਦੇ ਆ ਬੇਨਤੀਆਂ ਕਰਦੇ ਆ ਜਿੰਨਾ ਚਿਰ ਸਾਰੀ ਪਬਲਿਕ ਰਲ ਕੇ ਸਾਰੇ ਪਰਿਵਾਰ ਰਲ ਕੇ ਸਹਿਯੋਗ ਨਹੀਂ ਦਿੰਦੇ ਇਹ ਨਸ਼ਾ ਖਤਮ ਨਹੀਂ ਹੋ ਸਕਦਾ ਵੇਖੋ ਜੀ ਉਹਦੇ ਖਿਲਾਫ ਜੋ ਮੈਨੂੰ ਮੇਰੇ ਵਰਕਰ ਕਹਿਣਗੇ ਮੈਂ ਉਹ ਕਰਾਂਗਾ ਮੈਂ ਉਹਦੇ ਖਿਲਾਫ ਕੁਝ ਨਹੀਂ ਕਹਿਣਾ ਚਾਹੁੰਦਾ ਉਹਨੂੰ ਜੋ ਚੰਗਾ ਲੱਗਿਆ ਉਹਨੇ ਕੀਤਾ ਮੈਂ ਸੋਚ ਸਮਝ ਕੇ ਮੈਂ ਉਹਦੇ ਤਰ੍ਹਾਂ ਕੋਈ ਜਲਦਪੁਣਾ ਨਹੀਂ ਕਰੂੰਗਾ ਮੈਂ بڑے ਦਿਮਾਗ ਤੇ ਸਿਸਟਮ ਨਾਲ ਚੱਲੂੰਗਾ ਮੇਰੀ 40 ਸਾਲ ਦੀ ਤਪੱਸਿਆ ਜਦੋਂ ਇੱਕ ਕੰਮ ਕੇ ਕਰਕੇ ਪਛਤਾਣਾ ਪਵੇ ਮੈਂ ਉਹ ਕੰਮ ਕਦੇ ਵੀ ਨਹੀਂ ਕਰੂੰਗਾ ਹੋ ਸਕਦਾ ਉਹ ਵੀ ਪਛਤਾਉਂਦਾ ਹੋਵੇ ਵੇਖੋ ਜੀ ਉਹਨਾਂ ਨੂੰ ਤਾਂ ਮੈਂ ਹੀ ਕਹੂੰਗਾ ਵੀ ਹੁਣ ਜੋ ਦੇਸ਼ ਦੇ ਹਾਲਾਤ ਨੇ ਉਹਨਾਂ ਮੁੱਖ ਰੱਖਦੇ ਹੋਏ ਉਹ ਤਾਂ ਹੀ ਅਸੀਂ ਵਿਚਾਰ ਚੰਦਰਾ ਕਰਨਾ ਉਹਨਾਂ ਨਾਲ ਕਰਕੇ ਵੀ ਆਪਾਂ ਆਉਣ ਵਾਲੇ ਸਮੇਂ ਬਾਰੇ ਕੀ ਸੋਚਣਾ ਸਾਰੇ ਅੱਜ ਕੱਲ ਇਹੋ ਜਿਹਾ ਕੋਈ ਅਨਜਾਨ ਨਹੀਂ ਹਰ ਘਰ ਚ ਸਿਆਸਤ ਹਰ ਬੰਦਾ ਸਿਆਸਤ ਨਾਲ ਜੁੜਿਆ ਖੁਸ਼ ਉਹ ਗੱਲਾਂ ਦੱਸਣਗੇ ਕੁਝ ਮੈਂ ਦਸਾਂਗਾ ਸਾਰੇ ਸੁਰਸਲਾ ਕਰਕੇ ਅਸੀਂ ਪੂਰਾ ਜਕੜਾ ਬੁਲੰਦ ਕਰਾਂਗੇ ਔਰ ਇਹੋ ਜਿਹਾ ਅੱਛਾ ਕੰਮ ਕਰਾਂਗੇ ਜਿਹੜਾ ਸਾਰੇ ਕਹਿਣਗੇ ਵੀ ਠੀਕ ਮੈਨੂੰ ਚਾਰ ਪੰਜ ਪਾਰਟੀਆਂ ਲੋਨਯੋਤਾ ਆਇਆ ਪਰ ਮੈਂ ਵਰਕਰਾਂ ਸਲਾਹ ਤੋਂ ਬਗੈਰ ਕੁਝ ਵੀ ਨਹੀਂ ਕਰਨਾ ਬਸ ਹਫਤੇ ਦੇ ਵਿੱਚ ਵਿੱਚ